ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਰਮਨਪ੍ਰੀਤ ਕੌਰ ਸ਼੍ਰੀ ਮੁਕਤਸਰ ਸਾਹਿਬ ਤੋਂ, ਮੇਰੀ ਏਜ 33 ਸਾਲ ਹੈ ਅਤੇ ਮੇਰਾ ਭਾਰ ਅੱਜ ਤੋਂ 4 ਮਹੀਨੇ ਪਹਿਲਾਂ 120 ਕੇਜੀ ਸੀ। ਮੈਂ ਆਪਣੇ ਭਾਰ ਮੋਟਾਪੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ, ਮੈਨੂੰ ਘਰਾੜਿਆਂ ਦੀ ਸਮੱਸਿਆ ਸੀ, ਸਾਹ ਚੜ੍ਹਦਾ ਸੀ, ਚੱਲਣ ਫਿਰਨ 'ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀਗੀ ਅਤੇ ਪੀਰੀਅਡ ਨਹੀਂ ਸੀ ਠੀਕ ਆਉਂਦੇ। ਅਤੇ ਮੇਰੇ ਹਸਬੈਂਡ ਬਹੁਤ ਹੀ ਜ਼ਿਆਦਾ ਫਿੱਟ ਹੈ ਤਾਂ ਮੈਨੂੰ ਉਹਨਾਂ ਦੇ ਨਾਲ ਚੱਲਣ ਦੇ ਵਿੱਚ ਵੀ ਬਹੁਤ ਜ਼ਿਆਦਾ ਐਜੀਟੇਸ਼ਨ ਫੀਲ ਹੁੰਦੀ ਸੀਗੀ ਅਤੇ ਕਿਤੇ ਵੀ ਫੈਮਿਲੀ ਫੰਕਸ਼ਨ 'ਚ ਜਾਣ ਤੋਂ ਮੈਨੂੰ ਬਹੁਤ ਜ਼ਿਆਦਾ ਆਪਦੇ ਆਪ 'ਚ ਸ਼ਰਮ ਜੀ ਫੀਲ ਹੁੰਦੀ ਸੀ ਅਤੇ ਜਿਸ ਕਰਕੇ ਮੈਂ ਕਿਤੇ ਜਾਣ ਤੋਂ ਬਹੁਤ ਅਵੋਇਡ ਕਰਦੀ ਸੀ ਆਪਣੇ ਆਪ ਨੂੰ। ਬਟ ਕਿ ਨਾ ਮੈਨੂੰ ਕਿਸੇ ਮੇਰਾ ਵੱਧਦਾ ਭਾਰ ਦੇਖ ਕੇ ਮੈਨੂੰ ਕਿਸੇ ਮੇਰੇ ਫਰੈਂਡ ਨੇ ਦੱਸਿਆ ਕਿ ਤੁਸੀਂ ਆਪਣੇ ਵੇਟ ਘਟਾਉਣ ਦੇ ਲਈ ਸਰਜਰੀ ਕਿਉਂ ਨਹੀਂ ਕਰਵਾਉਂਦੇ, ਤਾਂ ਮੈਂ ਉਹਨਾਂ ਨੂੰ ਬਰੀਫਲੀ ਪੁੱਛਿਆ ਤਾਂ ਉਹਨਾਂ ਨੇ ਮੈਨੂੰ ਡਾਕਟਰ ਅਮਿਤ ਸੂਦ ਜੀ ਬਾਰੇ ਦੱਸਿਆ ਅਤੇ ਮੈਂ ਫਿਰ ਉਹਨਾਂ ਨੂੰ ਮੋਗੇ ਦੇ ਵਿੱਚ ਆ ਕੇ ਆਪਣੇ ਹਸਬੈਂਡ ਦੇ ਨਾਲ ਆਈ, ਉੱਥੇ ਮੈਂ ਉਹਨਾਂ ਨੂੰ ਮਿਲੀ। ਮੈਨੂੰ ਡਾਕਟਰ ਸਾਹਿਬ ਜੀ ਦਾ ਸੁਭਾਅ ਬਹੁਤ ਵਧੀਆ ਲੱਗਿਆ, ਉਹਨਾਂ ਨੇ ਮੇਰਾ ਮਨ ਤਾਂ ਸਰਜਰੀ ਲਈ ਪਹਿਲਾਂ ਹੀ ਤਿਆਰ ਸੀ ਬਟ ਉਹਨਾਂ ਨੇ ਮੇਰੇ 'ਚ ਥੋੜ੍ਹਾ ਜਿਹਾ ਕੌਨਫੀਡੈਂਸ ਹੋਰ ਵੀ ਜ਼ਿਆਦਾ ਮੇਰਾ ਇੰਪਰੂਵ ਹੋ ਗਿਆ। ਤਾਂ ਇੱਥੋਂ ਦੇ ਸਟਾਫ ਨੂੰ ਮੈਂ ਮਿਲੀ, ਬਹੁਤ ਹੀ ਜ਼ਿਆਦਾ ਵਧੀਆ ਸੀ, ਕੋਆਪਰੇਟਿਵ ਸੀ। ਤਾਂ ਮੈਂ ਉਸ ਦਿਨ ਆਪਦਾ ਮਨ ਪੂਰੀ ਤਰ੍ਹਾਂ ਬਣਾ ਲਿਆ ਕਿ ਮੈਂ ਸਰਜਰੀ ਜ਼ਰੂਰ ਕਰਵਾਵਾਂਗੀ ਅਤੇ ਡਾਕਟਰ ਅਮਿਤ ਸੂਦ ਜੀ ਤੋਂ ਹੀ ਕਰਵਾਵਾਂਗੀ, ਮੈਂ ਕਿਤੇ ਵੀ ਹੋਰ ਜਾਣ ਬਾਰੇ ਸੋਚਿਆ ਵੀ ਨਹੀਂ। ਤਾਂ ਡਾਕਟਰ ਸਾਹਿਬ ਜੀ ਤੋਂ ਮੈਂ ਟਾਈਮ ਲੈ ਕੇ ਬਾਅਦ 'ਚ ਸਰਜਰੀ ਵਾਲੇ ਡੇ ਇੱਥੇ ਆ ਗਈ। ਕੋਈ ਵੀ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਘਬਰਾਹਟ ਨਹੀਂ ਹੋਈ ਕਿਉਂਕਿ ਸਟਾਫ ਇੰਨਾ ਹੀ ਜ਼ਿਆਦਾ ਕੋਆਪਰੇਟਿਵ ਸੀ ਕਿ ਮੈਨੂੰ ਫੀਲ ਹੀ ਨਹੀਂ ਹੋਇਆ ਕਿ ਮੇਰੀ ਅੱਜ ਸਰਜਰੀ ਹੈ। ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਸੀ, ਕੋਈ ਦਿੱਕਤ ਨਹੀਂ ਸੀ ਅਤੇ ਆਫਟਰ ਸਰਜਰੀ ਵੀ ਸਟਾਫ ਨੇ ਬਹੁਤ ਜ਼ਿਆਦਾ ਕੇਅਰ ਕੀਤੀ ਅਤੇ ਕਿਸੇ ਤਰ੍ਹਾਂ ਦੀ ਮੈਨੂੰ ਕੋਈ ਦਿੱਕਤ ਨਹੀਂ ਆਈ। ਮੈਂ ਥੋੜ੍ਹੀ ਦੇਰ ਬਾਅਦ ਵਧੀਆ ਚੱਲ ਫਿਰ ਸਕੀ। 2 ਦਿਨ ਮੈਂ ਇੱਥੇ ਹੋਸਪਿਟਲ 'ਚ ਰਹੀ, ਸਟਾਫ ਨੇ ਪੂਰੀ ਤਰ੍ਹਾਂ ਮੇਰੀ ਬਹੁਤ ਕੇਅਰ ਕੀਤੀ ਅਤੇ ਮੈਂ ਟਾਈਮ ਟੂ ਟਾਈਮ ਹੋਸਪਿਟਲ ਦੇ ਵਿੱਚ ਵਾਕ ਕੀਤੀ ਅਤੇ ਆਫਟਰ ਛੁੱਟੀ ਤੋਂ ਬਾਅਦ ਮੈਂ ਘਰ ਗਈ ਹਾਂ ਤਾਂ ਘਰ ਜਾ ਕੇ ਵੀ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ। ਜਿਹੜੀ ਮੇਰੀ ਘਰਾੜਿਆਂ ਦੀ ਸਮੱਸਿਆ ਸੀ ਉਹ ਸਿਰਫ ਮੇਰੀ 1 ਹਫ਼ਤੇ ਦੇ ਅੰਦਰ ਅੰਦਰ ਬਿਲਕੁਲ ਹੀ ਖਤਮ ਹੋ ਗਈ ਅਤੇ ਅੱਜ ਮੇਰੀ ਸਰਜਰੀ ਨੂੰ 4 ਮਹੀਨੇ ਹੋ ਗਏ ਆ। ਤਾਂ ਤਕਰੀਬਨ ਜੋ ਵੀ ਮੈਨੂੰ ਪ੍ਰੋਬਲਮ ਸੀ ਜਿਸ ਤਰ੍ਹਾਂ ਮੈਨੂੰ ਘਰਾੜਿਆਂ ਦੀ ਸੀ ਉਹ ਮੇਰੇ 1 ਹਫ਼ਤੇ ਦੇ ਵਿੱਚ ਹੀ ਖਤਮ ਹੋ ਗਏ ਸੀ। ਪੀਰੀਅਡ ਨਹੀਂ ਸੀ ਆਉਂਦੇ ਠੀਕ ਤਰ੍ਹਾਂ, ਉਹ ਹੁਣ ਮੇਰੇ ਬਿਲਕੁਲ ਰੈਗੂਲਰ ਨੇ ਅਤੇ ਮੈਨੂੰ ਕਿਸੇ ਤਰ੍ਹਾਂ ਦੀ ਸਾਹ ਨਹੀਂ ਚੜ੍ਹਦਾ ਗਾ। ਵਧੀਆ ਮੈਂ ਚੱਲ ਫਿਰ ਰਹੀ ਹਾਂ, ਪੂਰੀ ਸਪੀਡ ਦੇ ਵਿੱਚ ਚੱਲ ਫਿਰ ਰਹੀ ਹਾਂ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਗੀ। ਅਤੇ ਕਈ ਪੇਸ਼ੈਂਟ ਲੋਕ ਡਰਾਉਂਦੇ ਨੇ ਕਿ ਤੁਹਾਨੂੰ ਖਾਣ ਪੀਣ ਤੋਂ ਬਾਅਦ ਵੋਮਿਟਿੰਗ ਹੋਏਗੀ, ਤੁਹਾਨੂੰ ਕੁਛ ਪਚਣਾ ਨਹੀਂ, ਤਾਂ ਇਸ ਤਰ੍ਹਾਂ ਦੀ ਡਰਨ ਦੀ ਕੋਈ ਗੱਲ ਨਹੀਂ। ਕਦੇ ਵੀ ਮੈਨੂੰ ਅੱਜ ਤੱਕ ਵੋਮਿਟਿੰਗ ਆਉਣਾ ਤਾਂ ਦੂਰ ਦੀ ਗੱਲ ਹੈ, ਕਦੀ ਫੀਲ ਵੀ ਨਹੀਂ ਹੋਇਆ। ਮੈਂ ਸਭ ਕੁਛ ਵਧੀਆ ਖਾ ਰਹੀ ਹਾਂ ਅਤੇ ਹੈਲਦੀ ਖਾ ਰਹੀ ਹਾਂ ਅਤੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ। ਹਾਂ, ਜਿਸ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਹੈ ਮੋਟਾਪੇ ਦੇ ਪ੍ਰਤੀ, ਤਾਂ ਪਲੀਜ਼ ਮੇਰੀ ਰਿਕੁਐਸਟ ਹੈ ਅਤੇ ਜਾਂ ਸਲਾਹ ਮੇਰੀ ਮੰਨੋ ਕਿ ਤੁਸੀਂ ਪਲੀਜ਼ ਇੰਨੀ ਦੇਰ ਇਸ ਪ੍ਰੋਬਲਮ ਨੂੰ ਫੇਸ ਨਾ ਕਰੋ ਅਤੇ ਤੁਸੀਂ ਆਪਦਾ ਹੱਲ ਕਰੋ ਤਾਂ ਕਿ ਤੁਸੀਂ ਆਪਦੀ ਜ਼ਿੰਦਗੀ ਬਹੁਤ ਵਧੀਆ ਢੰਗ ਨਾਲ ਜਿਉਂ ਸਕੋ। ਅਤੇ ਡਾਕਟਰ ਅਮਿਤ ਸੂਦ ਜੀ ਨੂੰ ਮਿਲੋ ਤਾਂ ਤੁਸੀਂ ਆਪਣੇ ਆਪ ਹੀ ਤੁਹਾਡਾ ਕੌਨਫੀਡੈਂਸ ਅਪ ਹੋ ਜਾਏਗਾ। ਜੋ ਵੀ ਤੁਹਾਡੇ ਮਨ 'ਚ ਕੋਈ ਵੀ ਡਰ ਹੋਊਗਾ, ਕੋਈ ਸ਼ੰਕਾ ਹੋਊਗਾ, ਤਾਂ ਡਾਕਟਰ ਸਾਹਿਬ ਨੂੰ ਮਿਲ ਕੇ ਉਹ ਬਿਲਕੁਲ ਦੂਰ ਹੋ ਜਾਊਗਾ। ਅਤੇ ਐਂਡ 'ਤੇ ਮੈਂ ਬਸ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਬਿਲਕੁਲ ਵੀ ਦੇਰੀ ਨਾ ਲਾਓ ਅਤੇ ਡਾਕਟਰ ਸਾਹਿਬ ਨੂੰ ਮੋਗਾ ਦੇ ਵਿੱਚ, ਜੋ ਇਹਨਾਂ ਦੇ ਮੇਨ ਸੈਂਟਰ ਮੋਗਾ ਦੇ ਵਿੱਚ ਹੈ, ਆ ਕੇ ਮਿਲੋ ਅਤੇ ਘਬਰਾਉਣ ਦੀ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਹੈ। ਅਤੇ ਮੇਰੇ ਮੈਂ 4 ਮਹੀਨਿਆਂ ਦੇ ਵਿੱਚ ਨੀਅਰ ਅਬਾਊਟ 30 ਕੇਜੀ ਵੇਟ ਲੂਜ਼ ਕਰ ਚੁੱਕੀ ਹਾਂ, ਤਾਂ ਜਿਸ ਕਰਕੇ ਮੈਨੂੰ ਬਹੁਤ ਖੁਸ਼ੀ ਫੀਲ ਹੋ ਰਹੀ ਹੈ। ਆਪਦੇ ਆਪ 'ਚ ਬਹੁਤ ਚੇਂਜ ਕੌਨਫੀਡੈਂਸ ਫੀਲ ਹੁੰਦਾ ਹੈ, ਹੁਣ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ। ਹਰ ਥਾਂ 'ਤੇ ਮੈਂ ਜਾਂਦੀ ਹਾਂ ਤਾਂ ਬਹੁਤ ਵਧੀਆ ਫੀਲ ਹੁੰਦਾ, ਹਰ ਕੋਈ ਕੰਪਲੀਮੈਂਟ ਦਿੰਦਾ। ਡਾਕਟਰ ਸਾਹਿਬ ਨੇ ਵੀ ਅੱਜ ਕੰਪਲੀਮੈਂਟ ਦਿੱਤਾ ਮੈਨੂੰ ਕਿ ਤੁਸੀਂ ਬਹੁਤ ਤੁਹਾਡੇ 'ਚ ਚੇਂਜ ਆ ਚੁੱਕਿਆ ਹੈ, ਬਹੁਤ ਸੋਹਣੇ ਲੱਗ ਰਹੇ ਹੋ, ਤਾਂ ਬਹੁਤ ਸੁਣ ਕੇ ਪ੍ਰਾਊਡ ਫੀਲ ਹੋਇਆ। ਤਾਂ ਅੱਗੋਂ ਵੀ ਮੋਟੀਵੇਸ਼ਨ ਮਿਲੀ ਕਿ ਮੈਂ ਹੁਣ 4 ਮਹੀਨਿਆਂ 'ਚ 30 ਕੇਜੀ ਵੇਟ ਘਟਾਇਆ ਹੈ, ਤਾਂ ਨੈਕਸਟ ਆਉਣ ਵਾਲੇ ਟਾਈਮ 'ਚ ਇਸ ਤੋਂ ਵੀ ਵਧੀਆ ਮੈਂ ਫਿੱਟ ਹੋ ਕੇ ਦਿਖਾਉਣਾ ਹੈ। ਅਤੇ ਐਂਡ 'ਤੇ ਮੈਂ ਬਸ ਇਹੀ ਕਹਿਣਾ ਚਾਹੂੰਗੀ ਕਿ ਬਿਲਕੁਲ ਦੇਰ ਨਾ ਕਰੋ,
ਆਪਦੀ ਖੇਤ ਨੂੰ ਲੈ ਕੇ ਖੇਤ ਤੋਂ ਉੱਪਰ ਕੋਈ ਚੀਜ਼ ਨਹੀਂ ਹੈ ਤਾਂ ਛੇਤੀ ਤੋਂ ਛੇਤੀ ਜਿਸ ਕਿਸੇ ਨੂੰ ਵੀ ਇਹ ਪ੍ਰੋਬਲਮ ਹੈ ਉਹ ਡਾਕਟਰ ਸਾਹਿਬ ਨੂੰ ਮੋਗਾ ਦੇ ਵਿੱਚ ਆ ਕੇ ਮਿਲਣ ਅਤੇ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ। ਇਹ ਸੈਂਟਰ ਬਿਲਕੁਲ ਕੋਵਿਡ ਫ੍ਰੀ ਹੈ ਅਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਡਰਨ ਦੀ ਕੋਈ ਲੋੜ ਨਹੀਂ ਹੈ। ਤੁਸੀਂ ਆਓ, ਡਾਕਟਰ ਸਾਹਿਬ ਨੂੰ ਮਿਲੋ ਅਤੇ ਆਪਣੇ ਮੋਟਾਪੇ ਦਾ ਇਲਾਜ ਕਰਵਾਓ। ਧੰਨਵਾਦ।